हाँ जी, गुरु प्यारे, वाहेगुरु जी खालसा, वाहेगुरु जी की फतेह। सबनों ही प्यार भरी सत श्री अकाल है जी। खेड़ा दूना स्टेट गुरद्वारा साहब विखे हर एतवार 3 बजे तो लैके तो 5 बजे तक बच्चों की पंजाबी माँ बोली की क्लास लगाई जाती है, जिते कि अज 27 तरीक दिन एतवार को तो बच्चे अज भी पंजाबी माँ बोली सीखने वास्ते पहुँच रहे जी। तो सारे बच्चों का धन्यवाद, तो माँ प्यो का भी धन्यवाद जो अपने बच्चों पंजाबी माँ बोली सीखने वास्ते भेजते हैं जी। गुरु महाराज जी सारे बच्चों की कृपा करन, अपना मीर पर हाथ रखन, ज्ञानवान होन बच्चे। आने वाले समय के जिंदगी यही बच्चों ने साडे पिंड का भविख बनना। तो वाहेगुरु अगे यही अरदास करते हैं सारे बच्चों को, हिम्मत बख्शो, ताकत बख्शो, जिन्हां नाल अपने पैरों से वधिया तरीके ने खड़े हो सकन, तो जिंदगी दे विच बहुत वधिया तरीके दी कीमती गल्लां सीख सकन, तो जिहदे नाल आने वाले समय के साडे पिंड वास्ते ये वधिया तरीके दे काम कर सकन। तो वाहेगुरु अगे यही अरदास करते हैं। तो वाहेगुरु जी सबनों ही चढ़दियां कला बख्शे, तंदुरुस्तियां बख्शे। तो अज महाराज की हजूरी दे विच पहुंचे हुए हैं, तो महाराज जी सब ते ही कृपा करन जी। नानक नाम चढ़दी कला तेरे पाणी सबरता पला, दसा पातशाहियां दी जोत गुरु ग्रंथ साहिब जी। वाहेगुरु जी का खालसा, वाहेगुरु जी की फतेह। इंट्रोडक्शन हुई सी पहला, कुछ बच्चे अपनी अपनी नॉलेज जो भी उन्होंने जानकारी सी वो एक दूसरे नाल शेयर कर रहे थे। पिछले हफ्ते जी आप क्लास पंजाबी भाषा को सीखने की लाई सी, उस कन्ने वाले शब्दों पढ़िया से समझिया कि जो किसी शब्द के नाल अखर के नाल कन्ना लग जाता तो उस कन्ने की आवाज की आती है। शाबाश, किसी भी अखर के नाल जो आप कन्ना ला देंगे तो आवाज आऊगी आ। जे कक्के नाल लावांगे तो की बनूगी? कक्के नाल गगे नाल इदां। इह सारे बच्चे नूं चेता रख लैणा, जदों भी कितने अक्षर तुसी पढ़ते हैं, चाहे वह कोई साइन बोर्ड आ, चाहे कोई बुक के उत्ते पढ़ते हैं, अखबार पढ़ते हैं, जां किसी प्रोडक्ट के उत्ते लिखा होया पंजाबी का अक्षर, तो वो जो कन्ना लग्या होगा, किसी भी अक्षर के नाल कन्ना लगा होगा तो वो आवाज आऊगी आ। पिछले हफ्ते जी तुहानू लिखण वास्ते कहा सीगा भी तुसी 30-30 अक्षर अपने घरों कन्ने वाले लिख के लैके आउंदे हो,
ਕਿੰਨੇ ਬੱਚਿਆਂ ਨੇ ਜਿਹੜੇ ਹੱਥ ਖੜੇ ਕਰਨੇ ਆ? ਜਿੰਨੇ ਲਿਖ ਕੇ ਲਾਏ ਉਹਨੇ ਖੜੇ ਕਰੇ ਹੱਥ, ਨਾਲੇ ਜਿਹੜੇ ਮੈਂ ਕਾਪੀਆਂ ਚੈੱਕ ਕਰਨੀਆਂ ਬਾਅਦ ਚ ਸਾਰੇ, ਜਦੋਂ ਤੁਹਾਡੀ ਰਿਸੈਸ ਹੋਊਗੀ ਜਾਂ ਬ੍ਰੇਕ ਟਾਈਮ ਹੋਊਗਾ ਉਦੋਂ ਮੈਂ ਸਾਰਿਆਂ ਦੀਆਂ ਕਾਪੀਆਂ ਚੈੱਕ ਕਰਨੀਆਂ। ਠੀਕ ਆ ਜੀ, ਸਾਰਿਆਂ ਨੇ ਲਿਖਿਆ? ਕਿੰਨੇ ਕਿੰਨੇ ਸ਼ਬਦ ਲਿਖੇ ਆ? ਪੱਕਾ? ਵੈਰੀ ਗੁੱਡ, ਵੈਰੀ ਗੁੱਡ। ਜਿੰਨੇ ਜਿੰਨੇ ਚਲੋ ਨਾਲ ਨਾਲ ਆਪਾਂ ਨਾ ਇੱਕ ਆਪਾਂ ਨਾ 10 ਮਿੰਟ ਦਾ ਆਪਾਂ ਰੱਖਿਆ ਕਰਾਂਗੇ ਵਿੱਚ, ਜਿਹੜਾ ਤੁਹਾਡਾ ਟੈਸਟ ਹੈ ਡੇਲੀ, ਜਿੱਦਾਂ ਆਪਾਂ ਕਲਾਸ ਲਾਇਆ ਕਰਾਂਗੇ ਉਹਦੇ 'ਚ ਟੈਸਟ ਰੱਖਿਆ ਕਰਾਂਗੇ। ਵੀ ਮੈਂ ਤੁਹਾਨੂੰ ਜਿਹੜਾ ਪੜ੍ਹਾਇਆ ਪਿਛਲੇ ਹਫ਼ਤੇ, ਅਤੇ ਮੈਂ ਤੁਹਾਡੇ ਕੋਲ ਇੱਥੇ ਲਿਖਾ ਕੇ ਵੀ ਦੇਖਣਾ ਵੀ ਤੁਸੀਂ ਕਦੋਂ ਨਕਲ ਨੁਕਲ ਮਾਰ ਕੇ ਤਾਂ ਨਹੀਂ ਦੇਖਿਆ, ਵੀ ਤੁਹਾਨੂੰ ਯਾਦ ਵੀ ਹੋਇਆ ਕਿ ਤੁਸੀਂ ਆਪਣੇ ਆਪ ਨੂੰ ਉਸ ਚੀਜ਼ ਨੂੰ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਇਹ ਨਾ ਹੋਵੇ ਵੀ ਆਪਾਂ ਪੜ੍ਹ ਕੇ ਅੱਗੇ ਨਿਕਲੀ ਜਾਈਏ ਅਤੇ ਪਿਛਲਾ ਆਪਾਂ ਨੂੰ ਪਤਾ ਹੀ ਨਾ ਹੋਵੇ। ਸਮਝ ਲੱਗ ਗਈ ਨਾ? ਤਾਂ ਆਪਾਂ ਹੁਣ ਜਿਹੜਾ ਪਿਛਲਾ ਪੜ੍ਹਿਆ ਸੀ ਥੋੜ੍ਹਾ ਜਿਹਾ ਉਹਨੂੰ ਆਪਾਂ ਰੀਕੈਪ ਕਰਾਂਗੇ। ਸਕਰੀਨ ਦੇ ਉੱਤੇ ਮੈਂ ਉਹ ਸ਼ਬਦ ਲਿਆਊਂਗਾ, ਤੁਸੀਂ ਮੈਂ ਬੋਲੀ ਜਾਊਂਗਾ, ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਮਤਲਬ ਬੋਲੀ ਜਾਣਾ। ਜਿੱਦਾਂ ਹਾਏ ਕਰਨਾ, ਅੱਗੇ ਉਹ ਇੱਕ ਵਾਰੀ ਹੱਥ ਖੜਾ ਕਰਨਗੇ ਜਿਹਨਾਂ ਨੂੰ ਪੰਜਾਬੀ ਜਾਂਦੀ ਨਹੀਂ ਪੜ੍ਹਾਈ ਜਾਣੀ, ਜਿਹੜੇ ਇੱਥੇ ਪੰਜਾਬੀ ਸਿੱਖਦੇ ਆ। ਹਾਂਜੀ ਬੇਟਾ ਜੀ, ਤੁਸੀਂ ਇਹ ਪੜ੍ਹ ਸਕਦੇ ਆ? ਪੜ੍ਹ ਸਕਦੇ? ਇੱਕ ਵਾਰੀ ਥੋੜ੍ਹਾ ਜਿਹਾ ਪੜ੍ਹ ਕੇ ਸੁਣਾ ਦਿਓ, ਦੋ ਚਾਰ ਅੱਖਰ ਪੜ੍ਹ ਦਿਓ। ਕੰਨਾ ਰਾੜਾ ਹਾਰ, ਤੱਤਾ ਕੰਨਾ ਰਾੜਾ ਤਾਰ, ਤੱਤਾ ਕੰਨਾ ਰਾੜਾ ਚਾਰ, ਨੰਨਾ ਕੰਨਾ ਰਾੜਾ ਨਾਰ। ਇਹ ਇਹਨੂੰ ਆਪਾਂ ਰਾੜਾ ਨਹੀਂ ਕਹਿਣਾ, ਇਹਨੂੰ ਬੋਲਾਂਗੇ ਰਾੜਾ। ਠੀਕ ਆ, ਅਡਾੜਾ ਸ਼ਬਦ ਜਿਹੜਾ ਹੁੰਦਾ ਨਾ, ਉਹ ਅਡਾੜਾ ਮਤਲਬ ਕਿ ਉਹਨੂੰ ਆਪਾਂ ਆਵਾਜ਼ ਵਿੱਚ ਬੋਲਦੇ ਹਾਂ ਅਡਾ ਅਡਾ, ਇਹ ਰਾੜਾ। ਨਾ ਹੀ ਇਹਨੂੰ ਰਾੜਾ ਬੋਲਣਾ ਅਤੇ ਨਾ ਹੀ ਇਹਨੂੰ ਅਡਾੜਾ ਬੋਲਣਾ, ਇਹਨੂੰ ਕੀ ਬੋਲਾਂਗੇ? ਰਾੜਾ। ਠੀਕ ਆ, ਵੈਰੀ ਗੁੱਡ। ਚਲੋ ਬੈਠ ਸਕਦੇ ਤੁਸੀਂ, ਬੋਲੋ ਤੁਸੀਂ, ਦੋ ਚਾਰ ਅੱਖਰ ਬੋਲਦੇ ਹੋ, ਮੈਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਇਹਦੇ ਪਤਾ ਲੱਗ ਗਿਆ ਸ਼ਬਦਾਂ ਦਾ। ਤੁਸੀਂ ਬੋਲ ਸਕਦੇ? ਅੱਛਾ, ਇੱਕ ਗੱਲ ਠੀਕ ਆ ਬੇਟੇ, ਬਹੁਤ ਵਧੀਆ। ਇਹ ਜਿੱਦਾਂ ਨਾ ਆਪਾਂ ਪੜ੍ਹਦੇ ਹਾਂ ਹਾ ਹਾ ਹਾਹੇ ਨੂੰ ਕੰਨਾ ਰਾਰਾ, ਇੱਕ ਤਾਂ ਆਪਣਾ ਟਾਈਮ ਵੇਸਟ ਹੁੰਦਾ, ਠੀਕ ਹੈ ਨਾ? ਤਾਂ ਆਪਾਂ ਇਹਨੂੰ ਸ਼ੋਰਟ ਵਿੱਚ ਲੈ ਕੇ ਆਉਣਾ, ਸਿੱਧੇ ਹੀ ਹਾਹੇ ਨੂੰ ਕੰਨਾ ਰਾਰਾ ਹਾਰ। ਜੇ ਆਪਾਂ ਗੱਲ ਪਹਿਲਾਂ ਪੜ੍ਹਾਂਗੇ ਹਾ ਹਾ ਹਾਹੇ ਨੂੰ ਕੰਨਾ ਰਾਰਾ, ਪਹਿਲਾਂ ਹਾ ਹਾ ਬੋਲਿਆ ਫਿਰ ਹਾਹੇ ਨੂੰ ਕੰਨਾ ਬੋਲਿਆ, ਆਪਾਂ ਡਾਇਰੈਕਟ ਹੀ ਬੋਲਣਾ ਹਾਹੇ ਨੂੰ ਕੰਨਾ ਰਾਰਾ, ਤੱਤੇ ਨੂੰ ਕੰਨਾ ਰਾਰਾ, ਚਿੱਚੇ ਨੂੰ ਕੰਨਾ ਰਾਰਾ, ਬਜਾਏ ਇੱਦਾਂ ਬੋਲਣ ਦੀ ਚਿੱਚਾ ਚਿੱਚੇ ਨੂੰ ਕੰਨਾ ਰਾਰਾ ਚਾਰ, ਨੰਨਾ ਨੰਨੇ ਨੂੰ ਕੰਨਾ ਰਾਰਾ ਨਾਰ, ਇੱਦਾਂ ਨਹੀਂ ਬੋਲਣਾ। ਕਿੱਦਾਂ ਬੋਲਾਂਗੇ? ਚਿੱਚੇ ਕੰਨਾ ਰਾਰਾ, ਨੰਨੇ ਕੰਨਾ ਰਾਰਾ, ਮੰਮੇ ਨੂੰ ਕੰਨਾ, ਮੰਮੇ ਨੂੰ ਕੰਨਾ, ਹਾਹੇ ਨੂੰ ਕੰਨਾ, ਸੱਸੇ ਨੂੰ ਕੰਨਾ। ਠੀਕ ਹੈ, ਫਿਰ ਮੈਨੂੰ ਵੀ ਜ਼ੋਰ ਲਾਉਣਾ ਪਊਗਾ, ਫਿਰ ਮੈਂ ਇੰਨੀ ਜ਼ੋਰ ਨਹੀਂ ਲਾ ਸਕਦਾ। ਹਾਂਜੀ ਸਰ, ਨੈਕਸਟ ਬੱਚਾ। ਹਾਂਜੀ ਤੁਸੀਂ ਸਿੱਧੇ ਬੋਲੋ, ਤੱਤੇ ਨੂੰ ਕੰਨਾ ਰਾਰਾ ਤਾਰ, ਚਿੱਚੇ ਨੂੰ ਕੰਨਾ, ਹਾਂ ਇੱਦਾਂ ਬੋਲਣਾ, ਨੰਨੇ ਨੂੰ ਕੰਨਾ, ਮੰਮੇ ਨੂੰ ਕੰਨਾ, ਮੰਮੇ ਨੂੰ ਕੰਨਾ, ਮਾਮਾ। ਸ਼ਾਬਾਸ਼।
चलो ठीक है बेटी, तुम पहचान आ रही है ना, पता लग रहा है ना मतलब कन्ने की आवाज आनी है, चाहे कन्ना पहले अखर न लगा हो, चाहे लास्ट में लगा हो, चाहे थर्ड अखर न लगा हो, जेडे अखर न मर्जी कन्ना लगा हो आवाज आऊगी आ। ठीक है उन्हें आदि आवाज देनी है, आदि आवाज दूंगा तो जिदा मां ना का चा कन्ने की आवाज नहीं। ठीक है जी, ये आप जो पहली अपनी क्लासा लगती है आप कहानी पढ़ते रहे। ठीक है चलो नैक्सट, और बच्चा कि होर कि बच्चा से जरा इंग्लिश मीडियम से, इंग्लिश मीडियम से जो बच्चे जिन्हें खुशी तो हो गए ना, हाँ तुम बोलो हाँ कोई अखर करो जितों भी तुम बोल सकते हो, आज सेकंड लैंड सेकंड रो के ना इतने इतने आ जाओ गाजर अनार बस्ता करारा गरारा मालखाना सरदार अरदास दस्तार। ठीक है मैडम, अच्छा तुम्हें आइडिया पूरी पता है ना कि क्लास है मैं? ठीक है वेरी गुड, एट पेज तुम लग ही जाती है पंजाबी का। हाँ जी तुम बोलो। गाजर अनार बस्ता करारा गरारा मालखाना सरदार अरदास दस्तार। शाबाश, ਹੋਰ ਕਿਹੜੀ ਸੀ ਬੱਚੇ? ਹਾਂ ਤੁਸੀਂ ਤਾਰ ਚਾਰ ਨਾਰ ਮਾਮਾ ਹਾਸਾ ਚਾਚਾ ਮਸਾਨ ਮਕਾਨ ਗਾਜਰ। ਚਲੋ ਵੈਰੀ ਗੁੱਡ, ਸ਼ਾਬਾਸ਼। ਠੀਕ ਆ, ਹੋਰ ਕੋਈ ਬੱਚਾ ਰਹਿ ਗਿਆ? ਆਹ ਮੁੰਡਾ ਪਹਿਲੇ ਦਿਨ ਆਇਆ ਕਹਿੰਦਾ ਮੈਂ ਹੀ ਸੁਣਾਉਂਦਾ। ਹਾਂ ਕੋਈ ਗੱਲ ਨਹੀਂ, ਬੋਲੋ ਕਿਹੜੀ ਕਲਾਸ ਤੁਹਾਡੀ ਬੇਟੀ? ਠੀਕ ਆ, ਕਿਹੜੇ ਸਕੂਲ 'ਚ? ਸਰਕਾਰੀ ਸਕੂਲ 'ਚ। ਚਲੋ ਤੁਹਾਨੂੰ ਤਾਂ ਆਉਂਦਾ ਹੀ ਨਾ, ਬੋਲੋ ਬੋਲੋ ਸ਼ਾਬਾਸ਼। लड़ाई कदों होंगी भला? कला बंदा कदे भी लड़ाई नहीं करता होंगे, मत समझो भी मेरे अंदर ही ईर्खा द्वेष आ ते मैं ही लड़ाई करी जाऊंगा, मैं कितनी बारी कर लूंगा ध्यान दो, एक दो तीन चार पांच दस बीस तीस पचास, हौली हौली की होगा बस थक जाऊंगा मैं, फिर मेरा हाथ वार वार इदा उठूगा नहीं उठूगा ना, मतलब मैं कितनी बारी गलत बोलूंगा, जो अगले बंदा रिस्पोंस देता ना अगला बंदा आ देखो इधर इदा फिर जाके लड़ाई होनी है, जो एक सियाने कहते ना एक चुप सौ सौ कि बोलिया से वेरी गुड शाबाश, मतलब अग्यों आप जोते मारन गुरबाणी शब्द होंगे जोते मारन मुकियां तिना ना मारे घूम, ऐदा थोड़ी होंगे कि मैं तू तू मेरे चपेड़ मारती है मैं तेरी घसुन मारा, मारना चाहिए मैं लड़ाई बढ़ूगी ना, चलो उन्होंने माफ कर देना चाहिए, एक बार माफ कर देना चाहिए, दो बार माफ कर, तीजी बार अपने आप पता लग जाए यार कोई रिस्पॉन्स देता ही नहीं, ये तो मैं अगर कुछ कहते ही नहीं, मतलब मैं गलत हाँ। ठीक है ना, सो इस करके अखा से बिठाने का मतलब होंगे आदर देना सत्कार देना,
ਜਦੋਂ ਮੈਂ ਆਦਰ ਦਊਂਗਾ, ਕਿਸੇ ਨੂੰ ਸਮਾਈਲ ਕਰੂੰਗਾ, ਕਿਸੇ ਨਾਲ ਚੰਗਾ ਬੋਲੂੰਗਾ ਤਾਂ ਦੂਸਰਾ ਵੀ ਮੇਰੇ ਨਾਲ ਚੰਗਾ ਬੋਲੂਗਾ, ਉਹਦਾ ਹੀ ਮੈਨੂੰ ਅੱਖਾਂ ਤੇ ਬਿਠਾਊਗਾ। ਜਦੋਂ ਮੈਂ ਉਹਨੂੰ ਅੱਖਾਂ ਕੱਢੂੰਗਾ ਐਂ ਕਰਕੇ ਤਾਂ ਫਿਰ ਅਗਲਾ ਵੀ ਤਰਖਾਂ ਹੀ ਕੱਢੂੰਗਾ ਨਾ, ਠੀਕ ਹੈ ਨਾ। ਤੋ ਆਪਾਂ ਆਪਣੀ ਪੰਜਾਬੀ ਦੀ ਜਿਹੜੀ ਕਲਾਸ ਸੀ ਉਹਨੂੰ ਇੱਥੇ ਫਿਨਿਸ਼ ਕਰਦੇ ਹਾਂ। ਹੋਮਵਰਕ ਜਿਹੜਾ ਹੈਗਾ ਉਸੇ ਤਰ੍ਹਾਂ ਹੀ ਤੁਸੀਂ ਘੱਟੋ ਘੱਟ ਵੀ 30-30 ਸ਼ਬਦ ਸਿਹਾਰੀ ਵਾਲੇ ਤੁਸੀਂ ਲਿਖ ਕੇ ਲੈ ਕੇ ਆਉਣੇ ਆ। ਅਤੇ ਹੁਣ ਤੁਸੀਂ ਤੁਹਾਡੇ ਮੈਡਮ ਜਿਹੜੇ ਤੁਹਾਨੂੰ ਪੜ੍ਹਾਉਣਗੇ, ਮਨਜੀਤ ਮੈਡਮ ਜੀ ਇੰਗਲਿਸ਼ ਦੇ ਬਾਰੇ ਤੁਹਾਨੂੰ ਦੱਸ ਜਾਣਕਾਰੀ ਦੇਣਗੇ। ਤਾਂ ਉਸ ਤੋਂ ਬਾਅਦ ਵਿੱਚ ਮੈਂ ਤੁਹਾਡੀਆਂ ਕਾਪੀਆਂ ਲਊਂਗਾ। ਜਿਹੜਾ ਤੁਸੀਂ ਕੱਲ੍ਹ ਹੋਮਵਰਕ ਪਿਛਲੀ ਕਲਾਸ ਵਿੱਚ ਆਪਾਂ ਦਿੱਤਾ ਸੀਗਾ, ਉਹ ਹੋਮਵਰਕ ਮੈਂ ਚੈੱਕ ਕਰਨਾ, ਬੱਚਿਆਂ ਦੀ ਰਾਈਟਿੰਗ ਦੇਖਣੀ ਆ, ਸਪੈਲਿੰਗ ਦੇਖਣੀ ਆ ਵੀ ਠੀਕ ਲਿਖਿਆ ਕਿ ਨਹੀਂ, ਠੀਕ ਹੈ ਜੀ। ਚਲੋ ਮੈਡਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਪਿਛਲਾ ਕੰਮ ਸਾਰਾ ਕੀਤਾ? ਹਾਂ। ਕਾਫੀ ਤੋਂ ਦੇਖੇ ਨੀ ਸਿੰਪਲ। ਹੁਣ ਆਪਾਂ ਕਰਨਾ ਆ ਨੈਗੇਟਿਵ। ਨੈਗੇਟਿਵ ਦਾ ਮਤਲਬ ਪਤਾ ਕੀ ਹੁੰਦਾ? ਹਾਂਜੀ ਹਾਂਜੀ, ਜਿਹੜਾ ਕੋਈ ਆਪਾਂ ਸੈਂਟੈਂਸ ਬਣਾਉਂਦੇ ਆ ਜਿਸ ਚ ਨੋ ਲੱਗੇ ਉਹਨੂੰ ਨੈਗੇਟਿਵ ਸੈਂਟੈਂਸ ਕਹਿੰਦੇ ਆ। ਪੰਜਾਬੀ ਚ ਕੀ ਕਹਿੰਦੇ ਨੂੰ? ਨਾਵਾਚਕ। ਸੇਮ ਇਜ ਐਮ ਆਰ ਲਾ ਕੇ ਤੁਸੀਂ ਸਿੰਪਲ ਸੈਂਟੈਂਸ ਬਣਾਇਆ ਸੀ, ਹੁਣ ਇਹ ਇਜ ਨੋਟ ਹੋ ਜਾਣਾ, ਠੀਕ ਹੈ। ਐਮ ਨੋਟ ਐਂਡ ਆਰ ਨੋਟ, ਠੀਕ ਹੈ, ਇਹ ਤੁਹਾਡਾ ਨੈਗੇਟਿਵ ਹੈ। ਇਜ ਨੋਟ ਕਿਹਦੇ ਨਾਲ ਲੱਗਣਾ, ਐਮ ਨੋਟ ਕਿਹਦੇ ਨਾਲ ਲੱਗਣਾ, ਆਰ ਨੋਟ ਕਿਹਦੇ ਨਾਲ ਲੱਗਣਾ ਤੁਹਾਨੂੰ ਪਤਾ, ਠੀਕ ਹੈ ਨਾ। ਇਜ ਐਮ ਆਰ ਕਿਹਦੇ ਨਾਲ ਲੱਗਣਾ, ਉਹਨਾਂ ਦੇ ਨਾਲ ਓਨਲੀ ਸਿਰਫ ਨੋਟ ਲਾ ਕੇ ਨੈਗੇਟਿਵ ਬਣ ਜਾਣਾ। ਜਿਹਦਾ ਤੁਹਾਡਾ ਪਹਿਲਾ ਸੈਂਟੈਂਸ ਸੀ ਮੈਂ ਵਿਦਿਆਰਥੀ, ਹੁਣ ਹੈਗਾ ਮੈਂ ਵਿਦਿਆਰਥੀ ਨਹੀਂ ਹਾਂ, ਨਹੀਂ ਹਾਂ, ਕੀ ਆ ਗਿਆ? ਆਈ ਐਮ ਨੋਟ ਅ ਟੀਚਰ। ਇੱਕ ਸੈਕਿੰਡ, ਤੁਹਾਨੂੰ ਪਿੱਛੇ ਉਹ ਲਿਖਿਆ ਹੋਇਆ ਪੜ੍ਹਿਆ ਜਾ ਰਿਹਾ ਕਿ ਨਹੀਂ? ਜੇ ਨਹੀਂ ਪੜ੍ਹਿਆ ਜਾ ਰਿਹਾ ਤੇ ਅੱਗੇ ਆ ਜਾ ਕਰੋ, ਜਿਹੜੇ ਪਿਛਲੇ ਬੱਚੇ ਅੱਗੇ ਆ ਜਾਓ। ਸਿਰਫ ਨਹੀਂ ਲੱਗ ਰਿਹਾ, ਜਿਹਨੂੰ ਨਹੀਂ ਪਤਾ ਲੱਗ ਰਿਹਾ। ਸਾਬਿਰ ਮਹਿਰ ਕਹਿੰਦਾ ਜ਼ਿੰਮੇਵਾਰੀ ਲੈ ਕੇ ਅੱਗੇ ਅੱਗੇ ਬਾਸ ਆ ਜਾਣੀ। ਤੁਹਾਡੇ ਵਾਸਤੇ ਬਹੁਤ ਸਾਰੇ ਪਿਆ ਉਪਰਾਲਾ ਕਰ ਰਹੇ ਆ। ਸਿੱਖਣ ਵਾਸਤੇ ਸਗੋਂ ਅੱਗੇ ਤੋਂ ਅੱਗੇ ਹੋਇਆ ਕਰੋ, ਨਾਲ ਨਾਲ ਸਮਝਣਾ ਵੀ ਆ, ਨਾਲ ਨਾਲ ਆਪਣੀਆਂ ਨੋਟਬੁੱਕ ਦੇ ਉੱਤੇ ਇਹਨੂੰ ਲਿਖਣਾ ਵੀ ਆ। ਅੱਗੇ ਆਪਾਂ ਲਿਖਦੇ ਸੀ ਆਮ ਸਟੂਡੈਂਟ, ਤੇ ਪਰ ਹੁਣ ਕੀ ਨੈਗੇਟਿਵ ਹੋ ਗਿਆ ਤੇ ਕੀ ਆਊਗਾ? ਆਈ ਐਮ ਨੋਟ ਅ ਸਟੂਡੈਂਟ, ਆਈ ਐਮ ਨੋਟ ਅ ਸਟੂਡੈਂਟ, ਠੀਕ ਹੈ। ਸਿਰਫ ਇੱਕ ਐਮ ਨੋਟ ਹੈਲਪਿੰਗ ਵਰਬ ਦੇ ਨਾਲ ਨੋਟ ਲਾਈ ਜਾਣਾ, ਇਜ਼ ਨੋਟ, ਐਮ ਨੋਟ, ਆਰ ਨੋਟ, ਠੀਕ ਹੈ ਨਾ। ਜੇ ਆ ਗਿਆ ਉਹ ਵਿਦਿਆਰਥੀ ਨਹੀਂ ਹੈ ਫਿਰ ਕੀ ਬਣਨਾ? ਕੀ ਇਜ਼ ਨੋਟ ਅ ਸਟੂਡੈਂਟ, he is not
स्टूडेंट ठीक है इज दे नाल नॉट आ गया एम दे नाल नॉट आ गया ठीक है एक ताड़ा एम दा हो गया एक ताड़ा इज दा हो गया ठीक है नेक्स्ट ताड़ा हैगा आर नॉट जे आ गया ओ विद्यार्थी नहीं हन फिर क्या ना दे आर नॉट ठीक है वेरी गुड इंटरोगेटिव मीन्स प्रश्नवाचक ਉਹ ਤਾਂ ਸਾਰੇ ਜਣੇ ਕੋਸ਼ਿਸ਼ ਕਰੋ ਸਿੱਖਣ ਦੀ ਨੈਗੇਟਿਵ ਦਾ ਲਾਵਾਚਕ ਇੰਟਰੋਗੇਟਿਵ ਦਾ ਕੁਐਸਚਨ ਮਾਰਕ ਜਿਹਦੇ ਵਿੱਚ ਉਹਦਾ ਪ੍ਰਸ਼ਨ ਮਾਰਕ ਠੀਕ ਹੈ ਨਾ ਉਹਦੇ ਵਿੱਚ ਆਪਾਂ ਕੁਛ ਨਹੀਂ ਕਰਨਾ ਆਪਾਂ ਇਹ ਜੋ ਹਾਂਜੀ ਹਾਂ ਠੀਕ ਹੈ ਇੰਟਰੋਗੇਟਿਵ ਵਿੱਚ ਜਿਹੜਾ ਆਪਣਾ ਹੈਲਪਿੰਗ ਵਰਬ ਇਜ਼ ਐਮ ਆਰ ਆ ਨੂੰ ਚੱਕ ਕੇ ਆਪਾਂ ਸਾਹਮਣੇ ਲੈ ਆਉਣਾ ਆਹ ਵਾਲੀ ਚੀਜ਼ ਨੂੰ ਠੀਕ ਆ ਫਰੰਟ ਤੇ ਆ ਜਾਣਾ ਜਿਹੜਾ ਆਹ ਚੀਜ਼ ਆ ਪਿੱਛੇ ਚੱਲ ਜਾਣੀ ਹੈ ਉਹਦੇ ਵਿੱਚ ਆ ਜਾਣਾ ਕਿ ਮੈਂ ਵਿਦਿਆਰਥੀ ਹਾਂ ਇੱਕ ਇੱਕ ਚੀਜ਼ ਯਾਦ ਰੱਖਣੀ ਆ ਇੰਟਰੋਗੇਟਿਵ ਆ ਮੀਨਸ ਕੁਐਸਚਨ ਪੁੱਟ ਕੀਤਾ ਉਹਨਾਂ ਨੇ ਆਪਾਂ ਕੁਐਸਚਨ ਕੀ ਪੁੱਟ ਕੀਤਾ ਆਪਾਂ ਕੀ ਮੈਂ ਵਿਦਿਆਰਥੀ ਹਾਂ ਇਹਦੇ ਮਗਰ ਕੁਐਸਚਨ ਮਾਰਕ ਜ਼ਰੂਰ ਪਾਉਣਾ ਠੀਕ ਆ ਇਹਦੇ ਤੋਂ ਬਿਨਾਂ ਤੁਹਾਡਾ ਕੁਐਸਚਨ ਮਾਰਕ ਇੰਗਲਿਸ਼ ਦੇ ਸੈਂਟੈਂਸ 'ਚ ਵੀ ਪਾਉਣਾ ਅਤੇ ਪੰਜਾਬੀ 'ਚ ਵੀ ਪਾਉਣਾ ਹੁਣ ਦੇਖੋ ਤੁਹਾਨੂੰ ਪਹਿਲਾਂ ਦੱਸਿਆ ਇਹ 'ਚ ਕੋਈ ਚੇਂਜ ਜ਼ਿਆਦਾ ਨਹੀਂ ਆਉਣਾ ਹੈਗਾ ਨੋਟ ਆਪਾਂ ਕਰ ਦੇਣਾ ਜਿਹੜਾ ਇਜ਼ ਆ ਜਿਹੜਾ ਐਮ ਆ ਉਹ ਮੋਹਰੇ ਆ ਗਿਆ ਠੀਕ ਆ ਜਿਹੜਾ ਦਾ ਸਬਜੈਕਟ ਆ ਆਈ ਉਹ ਚੱਲ ਜਾਣਾ ਪਿੱਛੇ ਮਗਰ ਕੀ ਆ ਜਾਣਾ ਸਟੂਡੈਂਟ ਐਮ ਆ ਸਟੂਡੈਂਟ ਠੀਕ ਆ ਸਿਰਫ ਜਿਹੜਾ ਆ ਤੁਹਾਡੇ ਕੋ ਇੰਟਰੋਗੇਟਿਵ ਵਿੱਚ ਹੈਲਪਿੰਗ ਵਰਬ ਆ ਨਾ ਉਹ ਮੋਹਰੇ ਆ ਜਾਣੇ ਸਬਜੈਕਟ ਉਹਨਾਂ ਦੇ ਪਿੱਛੇ ਚੱਲ ਜਾਣਾ ਇਹ ਤੁਹਾਡੇ ਇੰਟਰੋਗੇਟਿਵ ਹੋ ਗਏ ਪ੍ਰਸ਼ਨਵਾਚਕ ਹੋ ਗਏ ਕੁਝ ਜ਼ਿਆਦਾ ਚੇਂਜ ਨਹੀਂ ਨੈਗੇਟਿਵ ਦੇ ਵਿੱਚ ਇਜ਼ ਨਾਟ ਐਮ ਨਾਟ ਆਰ ਨਾਟ ਲਾਉਣਾ ਇੰਟਰੋਗੇਟਿਵ ਦੇ ਵਿੱਚ ਤੁਹਾਡਾ ਹੈਲਪਿੰਗ ਵਰਬ ਅੱਗੇ ਆ ਜਾਣਾ ਜਿਹੜਾ ਦੂਸਰਾ ਸਬਜੈਕਟ ਹੈ ਉਹਦੇ ਪਿੱਛੇ ਚੱਲ ਜਾਣਾ ਲਾਸਟ ਤੇ ਕੁਐਸਚਨ ਮਾਰਕ ਜ਼ਰੂਰ ਪਾਉਣਾ ਜਿਹਨੂੰ ਆਪਾਂ ਪੰਜਾਬੀ 'ਚ ਪ੍ਰਸ਼ਨਵਾਚਕ ਵੀ ਕਹਿੰਦੇ ਆ ਸਾਈਨ ਦਿੰਦੇ ਨਾ ਪ੍ਰਸ਼ਨਵਾਚਕ ਦਾ ਜਦੋਂ ਉਹਨਾਂ ਨੇ ਮੈਂ ਵੀ ਤਾਂ ਤੁਹਾਨੂੰ ਮੈਂ ਹੀ ਪੁੱਛ ਲੈਂਦੀ ਹਾਂ ਠੀਕ ਹੈ ਨਾ ਤੁਸੀਂ ਮੈਂ ਤੁਹਾਨੂੰ ਪੁੱਛੀ ਤੁਹਾਡੀ ਸਟੱਡੀ ਬਾਰੇ ਨਹੀਂ ਮੈਂ ਵਿਦਿਆਰਥੀ ਹਾਂ ਫਿਰ ਤੁਸੀਂ ਕੀ ਕਹਿਣਾ ਆਮ ਸਟੂਡੈਂਟ ਜੇ ਕਹਿਤਾ ਕਿ ਉਹ ਵਿਦਿਆਰਥੀ ਹੈ ਇਜ਼ ਹੀ ਸਟੂਡੈਂਟ ਠੀਕ ਹੈ ਆ ਜਿਹੜਾ ਇਜ਼ ਜਿਹਾ ਮੋਹਰੇ ਆ ਗਿਆ ਇੰਟਰੋਗੇਟਿਵ ਵਿੱਚ ਇਹ ਇੱਕ ਜਿਹੜਾ ਆਰ ਦੇ ਨੋਟ ਸਟੂਡੈਂਟ ਇਹ ਜਿਹੜਾ ਆਰ ਹੈ ਨਾ ਤੁਹਾਡਾ ਮੋਹਰੇ ਆ ਜਾਣਾ ਦੇ ਪਿੱਛੇ ਆ ਜਾਣਾ ਉਧਰੋਂ ਪਹਿਲਾਂ ਨਾਮ ਦੇ ਲਾ ਕੇ ਸਾਰੇ ਜਾਣੇ ਲਿਖੀ ਜਾਏ ਉਹ ਬਾਅਦ ਵਿੱਚ ਮੈਂ ਤੁਹਾਨੂੰ ਸਿਰਫ ਆਹ ਹੀ ਦੱਸਣੀ ਆ ਸਮਝਦੀ ਹੋਣਾ ਪਹਿਲਾਂ ਸਮਝ ਲਓ ਸਿੰਪਲ ਦੇ ਵਿੱਚ ਤੁਸੀਂ ਸਿਰਫ ਸਿੰਪਲ ਹੋਣਾ ਆਮ ਸਟੂਡੈਂਟ ਠੀਕ ਹੈ ਨੈਗੇਟਿਵ ਦੇ ਵਿੱਚ ਕੀ ਲਾ ਦੇਣਾ ਨਾਟ ਪਾ ਦੇਣਾ ਤੇ ਨੈਗੇਟਿਵ ਬਣ ਜਾਣਾ ਆਮ ਨਾਟ ਸਟੂਡੈਂਟ ਹੀ ਇਜ਼ ਨਾਟ ਸਟੂਡੈਂਟ ਦੇ ਆਰ ਨਾਟ ਸਟੂਡੈਂਟ ਠੀਕ ਹੈ ਜਿੱਥੇ ਜਾਰਿਆਂ ਦੀ ਗੱਲ ਕੀਤੀ ਸਟੂਡੈਂਟਸ ਉਹਦੇ ਮਗਰ ਐਸ ਪਾਉਂਦਾ ਜਦੋਂ ਇਹਨੂੰ ਇੰਟਰੋਗੇਟਿਵ ਬਣਾਉਣਾ ਕੁਐਸਚਨ ਮਾਰਕ ਇਹਦਾ ਕਰਨਾ ਉਦੋਂ ਇਜ਼ ਐਮ ਆਰ ਜਿਹੜਾ ਹੈਗਾ ਫਰੰਟ 'ਤੇ ਆ ਜਾਣਾ ਅਤੇ ਸਬਜੈਕਟ ਉਹਦੇ ਪਿੱਛੇ ਚੱਲ ਜਾਣਾ ਸਿਰਫ ਇੰਨਾ 'ਚ ਇਹ ਚੇਂਜ ਆਉਣ ਨਾਲ ਸਾਰਾ ਸੈਂਟੈਂਸ ਚੇਂਜ ਹੋ ਜਾਣਾ ਸਮਝ ਲੱਗੀ ਕਿਹਨੂੰ ਕਿਹਨੂੰ ਲੱਗ ਗਈ ਕਿਹਨੂੰ ਕਿਹਨੂੰ ਨਹੀਂ ਲੱਗੀ ਜਿਹਨੂੰ ਨਹੀਂ ਲੱਗੀ ਉਹ ਮਤਲਬ ਬਿਨਾਂ ਸ਼ੱਕ ਪੁੱਛ ਲਿਆ ਕਰੋ ਠੀਕ ਹੈ ਸਿੰਪਲ ਸੈਂਟੈਂਸ ਦੇ ਵਿੱਚ ਕੱਲਾ ਲੱਗਣਾ ਮੈਂ ਵਿਦਿਆਰਥੀ ਹਾਂ ਆਈ ਐਮ ਸਟੂਡੈਂਟ ਮੈਂ ਵਿਦਿਆਰਥੀ ਨਹੀਂ ਹਾਂ ਮੈਂ ਇਹ ਕਹਿ ਦਿੰਦੀ ਕਿ ਮੈਂ ਵਿਦਿਆਰਥੀ ਨਹੀਂ ਹਾਂ ਆਈ ਐਮ ਨਾਟ ਸਟੂਡੈਂਟ ਜੇ ਮੈਂ ਕਹਾਂਗਾ ਕਿ ਮੈਂ ਵਿਦਿਆਰਥੀ ਹਾਂ ਆਈ ਐਮ ਅ ਸਟੂਡੈਂਟ ਇੱਕ ਹੀ ਸੈਂਟੈਂਸ ਆ ਸਿਰਫ ਨੈਗੇਟਿਵ ਇੰਟਰੋਗੇਟਿਵ ਹੋਣ 'ਚ ਉਹਦਾ ਸਾਰਾ ਚੇਂਜ ਹੁੰਦਾ ਔਰ ਚੇਂਜ ਕਿਹੜੇ ਸਿਰ 'ਤੇ ਹੁੰਦਾ ਹੈਲਪਿੰਗ ਵਰਬ ਇਜ਼ ਐਮ ਆਰ ਦੇ ਸਿਰ 'ਤੇ ਉਹ ਚੇਂਜ ਹੁੰਦਾ ਉਹਦੇ ਨਾਲ ਹੀ ਨਾਟ ਲੱਗਣਾ ਉਹ ਸਬਜੈਕਟ ਪਿੱਛੇ ਚੱਲ ਜਾਣਾ ਹੈਲਪਿੰਗ ਵਰਬ ਅੱਗੇ ਆ ਜਾਣਾ ਕੁਐਸਚਨ ਮਾਰਕ ਦੇ ਇਹਦੇ ਵੀ ਸੇਮ ਪੰਜ ਪੰਜ ਸੈਂਟੈਂਸ ਤੁਸੀਂ ਘਰੋਂ ਬਣਾਇਆ ਨੈਗੇਟਿਵ ਇੰਟਰੋਗੇਟਿਵ ਦੇ ਜਿਹਨੂੰ ਨਹੀਂ ਸਮਝ ਲੱਗਦੀ ਵੀ ਸਿੰਪਲ ਸੈਂਟੈਂਸ ਤੁਹਾਨੂੰ ਮੈਂ ਉਦੋਂ ਦੱਸਿਆ ਸੀ ਲਾਸਟ ਸੰਡੇ ਹੁਣ ਨੈਗੇਟਿਵ ਔਰ ਇੰਟਰੋਗੇਟਿਵ ਨਾ ਵਾਚਕ ਅਤੇ ਪ੍ਰਸ਼ਨ ਵਾਚਕ ਠੀਕ ਹੈ ਸਾਰਾ ਪਤਾ ਲੱਗ ਗਿਆ ਹਾਂਜੀ ਜੀ ਤੂੰ ਬਣਾ ਇੱਕ ਸੈਂਟੈਂਸ ਆ ਦੇ ਇੱਕ ਸਿੰਪਲ ਬਣਾਉਣਾ ਤੁਸੀਂ ਸਾਰੇ ਜਣੇ ਇੱਕ ਇੱਕ ਬਣਾਓ ਰੱਬ ਇੱਕ ਸਿੰਪਲ ਬਣਾਉਣਾ ਇੱਕ ਇੰਟਰੋਗੇਟਿਵ ਉਹਦਾ ਨੈਗੇਟਿਵ ਸਾਰਾ ਉਹ ਬਣਾ ਦੂੰ ਫਿਰ ਕਿਸੇ ਬਣਾ ਕੇ ਦੇਖ ਲਓ
ਆਵਾਜ਼ ਕਰੋ ਚੱਕ ਲੈ ਮੇਰੇ ਅੱਖਰਾਂ ਤੇ ਨਹੀਂ ਲਿਖੀ ਜਾਣਾ ਨਹੀਂ ਪਹਿਲਾਂ ਸਿੰਪਲ ਬਣਾ ਸਟੂਡੈਂਟ ਵਾਲਾ ਨਹੀਂ ਬਣਾਉਣਾ ਚਲੋ ਕੁਛ ਨਹੀਂ ਚੱਲਦਾ ਤੁਸੀਂ ਪੁੱਛ ਲਿਆ ਨਾ ਆਪਣੇ ਪਤਾ ਲੱਗ ਜਾਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਧਿਆਨ ਦਿਆ ਕਰ ਤੁਹਾਡੀ ਸਾਰਿਆਂ ਦੀ ਵਾਰੀ ਆਉਣ ਵਾਲੀ ਸਾਰਿਆਂ ਨੂੰ ਖੜੇ ਕਰਨਾ ਅੱਜ ਇੱਥੇ ਲੈਟਰ ਉਹ ਕੈਪੀਟਲ ਲਿਖੋ ਤਾਂ ਜ਼ਿਆਦਾ ਬੈਟਰ ਹੈ ਠੀਕ ਆ ਇਹ ਵੱਡਾ ਹੋਣਾ ਪਤਾ ਲੱਗ ਗਿਆ ਸਾਰਿਆਂ ਨੂੰ ਸਮਝ ਲੱਗ ਗਈ ਏਦਾਂ ਹੀ ਫਾਈਵ ਫਾਈਵ ਸੈਂਟੈਂਸ ਇਹਦੇ ਅਤੇ ਫਾਈਵ ਦੂਸਰੇ ਨੈਗੇਟਿਵ ਦੇ ਇੰਟੈਰੋਗੇਟਿਵ ਔਰ ਨੈਗੇਟਿਵ ਦੋਨਾਂ ਦੇ ਫਾਈਵ ਫਾਈਵ ਸੈਂਟੈਂਸ ਬਣਾ ਕੇ ਲਿਆਉਣੇ ਅਤੇ ਜਿਨ੍ਹਾਂ ਨੇ ਪਿਛਲਾ ਬਣਾਇਆ ਹੋਇਆ ਉਹ ਮੈਨੂੰ ਚੈੱਕ ਕਰਾ ਦਿਓ ਠੀਕ ਆ ਅਤੇ ਨੈਕਸਟ ਆਪਾਂ ਸੰਡੇ ਸ਼ੁਰੂ ਕਰਾਂਗੇ ਵੋਸ ਵਾਰ ਠੀਕ ਆ ਵੋਸ ਕਿਹਦੇ ਨਾਲ ਯੂਜ਼ ਹੋਣਾ ਵਾਚ ਕਿਹਦੇ ਨਾਲ ਯੂਜ਼ ਹੋਣਾ ਇਸ ਐਮ ਆਰ 'ਚ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੁਣ ਠੀਕ ਹੈ ਇਹ ਨਹੀਂ ਵੀ ਇਹ ਸਾਰਾ ਭੁੱਲ ਜਾਣਾ ਇਸ ਐਮ ਆਰ ਪਹਿਲਾਂ ਜ਼ਰੂਰੀ ਆ ਫੇਰ ਵਾਸ ਵਾਰ ਫੇਰ ਹੈਸ ਹੈ ਫੇਰ ਹੈਡ ਫੇਰ ਟੈਂਸ ਸ਼ੁਰੂ ਹੋਣੀ ਜਾ ਕੇ ਜਿਹਨੂੰ ਨਹੀਂ ਪਤਾ ਉਹ ਹੁਣ ਨਹੀਂ ਪਤਾ ਲੱਗਾ ਹੁਣ ਚੈੱਕ ਕਰਾਉਣ ਲੱਗੇ ਆ ਪੁੱਛ ਲਿਓ ਤੈਨੂੰ ਪੁੱਤ ਪਤਾ ਲੱਗ ਗਿਆ ਹਾਂ ਪੁੱਛ ਲਿਆ ਕਰੋ ਸੰਗਿਆ ਨਾ ਕਰੋ ਵੱਖਰੇ ਦੱਸਦੇ ਆ ਜਿਹੜਾ ਜਿਹੜਾ ਇੱਥੇ ਆਉਂਦਾ ਉਹਨਾਂ ਨੂੰ ਪਤਾ ਲੱਗੇ ਵੀ ਟੀਸ਼ਰ ਰੱਖੀ ਆ ਸਾਡੀ ਬਹੁਤ ਵਧੀਆ ਪਰ ਮੈਂ ਸਿੱਖਣਾ ਚਾਹੁੰਦਾ ਉਹ ਬੱਚਾ ਕਹਿੰਦਾ ਸੀ ਕਿਸੇ ਕਲਾਸ ਦਾ ਉਹ ਵਾਲਾ ਅੱਛਾ ਹਾਂ ਕਹਿੰਦਾ ਪਰ ਮੈਂ ਸਿੱਖਣਾ ਚਾਹੁੰਦਾ ਤੈਨੂੰ ਮੈਂ ਦੱਸਦੀ ਆ ਇਕੱਲੇ ਨੂੰ ਕਾਪੀ ਚ ਦੱਸਦੇ ਹੋਰ ਕਿਹਨੂੰ ਨਹੀਂ ਪਤਾ ਲੱਗਾ ਤੁਹਾਨੂੰ ਨਹੀਂ ਲੱਗਾ ਸਾਰੇ ਏ ਬੀ ਸੀ ਆਉਂਦੀ ਸਾਰੀ ਬੋਲ ਲੈਣੇ ਦੇਖ ਵੀ ਲੈਣੇ ਹਾਂ ਤਾਂ ਬਸ ਠੀਕ ਆ ਫਿਰ ਜਿੱਦਾਂ ਟੀਚਰ ਦੱਸਦੀ ਓਦਾਂ ਹੁੰਦਾ ਬਸ ਇਹ ਇਗਜ਼ਾਮ ਆ ਸਭ ਤੋਂ ਸਟਾਰਟਿੰਗ ਇਥੋਂ ਮੈਂ ਕੀਤਾ ਇਹ ਪ੍ਰੈਜ਼ੈਂਟ ਦੀ ਗੱਲ ਆ ਪ੍ਰੈਜ਼ੈਂਟ ਦਾ ਮਤਲਬ ਹੁਣ ਇਸ ਟਾਈਮ ਦੀ ਗੱਲ ਹੁਣ ਪਰ ਹਾਂ ਆ ਸੈਂਟੈਂਸ ਕਿਤੇ ਕਿਤੇ ਨਹੀਂ ਬਣਾਏ ਕੱਲ ਲਾਸਟ ਸੰਡੇ ਵਾਲੇ ਨਹੀਂ ਕੱਚ ਤੇ ਮੈਂ ਆਈ ਨਹੀਂ ਸੀ ਤਾਂ ਹੀ ਮੈਂ ਆਇਆ ਅੱਜ ਇੰਟੈਰੋਗੇਟਿਵ ਪਤਾ ਕੀ ਹੁੰਦਾ ਆ ਲੱਗਦਾ ਈ ਦੇ ਨਾਲ ਇਸ ਲਗਣਾ ਇਸ ਈ ਟੀਚਰ ਠੀਕ ਆ ਜਿਹੜਾ ਨੈਕਸਟ
नेगेटिव इन्हां ने बनाया नेगेटिव बनाया हैगा इन्हां इज नॉट एम नॉट आर नॉट लगना जो इंटरोगेटिव बनाना वो इज तुहाडा हेल्पिंग वर्ब सामने आएगा कि सब्जेक्ट जिहड़ा हैगा आ सब्जेक्ट है ही शी इट वी यू दे की हैगे तुहाडे सब्जेक्ट इज एम आर की हैगे आ तुहाडे हेल्पिंग वर्ब जिहड़ा हेल्पिंग वर्ब है वो सामने आ जाएगा जिहड़ा सब्जेक्ट है वो पिछे चल जाएगा ठीक है ਤੁਹਾਡੀ ਵਾਰੀ ਬਾਕੀ ਸਾਰਾ ਸਹੀ ਹੈ ਜਿੱਦਾਂ ਤੁਸੀਂ ਨਾ ਚਮਕ ਥਾ ਇਹ ਹਿੰਦੀ ਦਾ ਸ਼ਬਦ ਇਹਨੂੰ ਆਪਾਂ ਕੀ ਲਿਖਣਾ ਕੀ ਲਿਖਣਾ ਚਾਹੁੰਦੇ ਚਮਕ ਥਾ ਰਾਰੇ ਦੇ ਨਾਲ ਕੰਨਾ ਹੋਊਗਾ ਤੇ ਉਹ ਫਿਰ ਗੱਗਾ ਪੜਿਆ ਜਾਊਗਾ ਆ ਮੈਂ ਲਿਖ ਕੇ ਦਿਖਾਇਆ ਨਾ ਤੁਹਾਨੂੰ ਆ ਦੇਖੋ ਰਾਰਾ ਰਾਰੇ ਨੂੰ ਕੰਨਾ ਲਿਖਿਆ ਤੇ ਕੀ ਬਣ ਗਿਆ ਇਹ ਗੱਗਾ ਲੇਕਿਨ ਜਦੋਂ ਸਹੀ ਮਹੀਨੇ 'ਚ ਲਿਖਾਂਗੇ ਫਿਰ ਰਾਰੇ ਨੂੰ ਕੰਨਾ ਰਾ ਜਦੋਂ ਛੋਟਾ ਪਾਉਣਾ ਬਿਲਕੁਲ ਠੀਕ ਹੈ ਬੇਟੇ ਵੈਰੀ ਗੁੱਡ ਅੱਜ ਸਾਡੇ ਪੁੱਤਰ ਗੁਰਨੂਰ ਲਾਹੌਰੀਆ ਜੀ ਦਾ ਜਨਮ ਦਿਨ ਹੈ ਜੀ ਅਤੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿੰਨੇ ਵੀ ਸਟੇਟ ਗੁਰਦੁਆਰਾ ਸਾਹਿਬ ਬੱਚੇ ਪਹੁੰਚਦੇ ਆ ਅਤੇ ਸਾਰਿਆਂ ਨੂੰ ਹੀ ਡਾਇਟ ਦਾ ਅਰੇਂਜਮੈਂਟ ਕੀਤਾ ਜਿਨ੍ਹਾਂ ਨੇ ਖੁਸ਼ੀ ਦੇ ਵਿੱਚ ਅਤੇ ਜਿੱਦਾਂ ਸਾਰੇ ਹੀ ਪਤਾ ਹੀ ਆ ਬੱਚਿਆਂ ਦੇ ਜਨਮ ਦਿਨ ਦੇ ਉੱਤੇ ਜਿੱਦਾਂ ਵੀ ਸਮੋਸਾ ਅਤੇ ਨਾਲ ਰਸਗੁੱਲਾ ਅਤੇ ਨਾਲ ਠੰਡਾ ਅਤੇ ਉਹੋ ਹੀ ਸਾਰਾ ਹੀ ਜੋ ਵੀ ਘਰਾਂ ਦੇ ਵਿੱਚ ਆਪਾਂ ਉਪਰਾਲਾ ਕਰਦੇ ਹਾਂ ਉਹੀ ਉਪਰਾਲਾ ਸਾਰੇ ਪਰਿਵਾਰ ਨੇ ਕੀਤਾ ਲਾਹੌਰੀਆ ਪਰਿਵਾਰ ਨੇ ਅਤੇ ਜਿੰਨੇ ਵੀ ਬੱਚੇ ਇੱਥੇ ਗੁਰਮਤਿ ਕਲਾਸ ਦੇ ਵਿੱਚ ਪਹੁੰਚਦੇ ਆ ਹਰ ਐਤਵਾਰ 3:00 ਤੋਂ ਲੈ ਕੇ ਅਤੇ 5:00 ਤੱਕ ਅਤੇ ਸਾਰੇ ਹੀ ਬੱਚਿਆਂ ਵਾਸਤੇ ਡਾਇਟ ਦਾ ਅਰੇਂਜਮੈਂਟ ਕੀਤਾ ਵੀ ਲਾਹੌਰੀਆ ਪਰਿਵਾਰ ਨੇ ਅਤੇ ਸੇਵਾ ਸਿੰਘ ਜੀ ਦੇ ਬੇਟਾ ਜੀ ਗੁਰਨੂਰ ਲਾਹੌਰੀ ਜੀ ਦਾ ਜਨਮ ਦਿਨ ਹੈ ਅਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਅਤੇ ਇਹ ਆ ਜੀ ਗੁਰਨੂਰ ਲਾਹੌਰੀਆ ਜੀ ਇੱਧਰ ਕਰੋ ਜੀ ਫੇਸ ਅਤੇ ਇਹਨਾਂ ਦਾ ਜੀ ਅੱਜ ਜਨਮ ਦਿਨ ਅਤੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਬਰਥਡੇ ਟੂ ਯੂ ਅਤੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਰੇ ਪਰਿਵਾਰ ਨੇ ਇੱਥੇ ਅਜੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਅਸੀਂ ਬਹੁਤ ਧੰਨਵਾਦ ਕਰਦੇ ਸਾਡੇ ਪਿੰਡ ਖੇੜਾ ਦੋਨਾਂ ਗਰੁੱਪ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਅਤੇ ਵਾਹਿਗੁਰੂ ਜਿਨ੍ਹਾਂ ਖਜ਼ਾਨਿਆਂ 'ਚ ਮਾਏ ਖਜ਼ਾਨੇ ਭਰਪੂਰ ਕਰੇ ਅਤੇ ਪਰਿਵਾਰਾਂ ਦੀ ਤੰਦਰੁਸਤੀਆਂ ਬਖਸ਼ੇ ਅਤੇ ਅੱਜ ਮੁੰਡੇ ਦਾ ਜਨਮ ਦਿਨ ਆ ਅਤੇ ਵਾਹਿਗੁਰੂ ਲੰਬੀ ਉਮਰਾਂ ਕਰੇ ਅਤੇ ਤੰਦਰੁਸਤੀਆਂ ਬਖਸ਼ੇ ਹਮੇਸ਼ਾ ਹੀ ਕਿ ਚੰਗੇ ਰਾਹ 'ਤੇ ਚੱਲਣ ਦੇ ਹਿੰਮਤ ਬਖਸ਼ੇ
ਅਤੇ ਚੰਗੇ ਸਾਡੇ ਬੱਚੇ ਗਿਆਨਵਾਨ ਹੋਣ, ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਸਿੱਖਿਆ ਲੈਣ। ਅੱਜ ਸਾਡਾ ਲੋਰੀਆ ਪਰਿਵਾਰ ਸਾਰਾ ਪਹੁੰਚਿਆ, ਸਾਰੇ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਪਹਿਲਾਂ ਜਨਮਦਿਨ 'ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸਾਰਿਆਂ ਵਾਸਤੇ ਠੰਡੇ ਅਤੇ ਸਮੋਸੇ। ਹਾਂ ਰਸਗੁੱਲੇ ਬਈ, ਉਹ ਮੇਰਾ ਮੂੰਹ ਮਿੱਠਾ ਕਰਾ ਦਿਓ। ਲਓ ਜੀ ਸਾਡੇ ਵੱਲੋਂ ਲੋਰੀਆ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੁਸੀਂ ਲੱਗੇ ਹੁਣ ਮੂੰਹ ਮਿੱਠਾ ਕਰਨ ਜਨਮਦਿਨ ਦੀ ਖੁਸ਼ੀ ਦੇ ਵਿੱਚ, ਅਤੇ ਖਾਂਦੇ ਜੀ ਗਰਮ 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 ਕਹੀ ਰਸਗੁੱਲੇ ਲੱਗੇ ਜੀ ਖਾਣ, ਅਤੇ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ, ਸਾਰੇ ਲੋਰੀਆ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਬੱਚਿਆਂ ਵਾਸਤੇ ਡਾਇਟ ਅਰੇਂਜਮੈਂਟ ਕੀਤਾ ਜੀ, ਅਤੇ ਬਹੁਤ ਵਧੀਆ ਲੱਗਾ ਜੀ। ਇੱਦਾਂ ਹੀ ਸਾਰੇ ਪਰਿਵਾਰ ਜਿੰਨੇ ਵੀ ਭੈਣ ਭਰਾ ਜੋ ਦੇਖਦੇ ਤਾਂ ਜ਼ਰੂਰ ਇੱਦਾਂ ਹੀ, ਜਦੋਂ ਵੀ ਜਨਮਦਿਨ ਹੁੰਦਾ ਬੱਚਿਆਂ ਦਾ ਤਾਂ ਇੱਦਾਂ ਬੱਚਿਆਂ ਨਾਲ ਸੈਲੀਬ੍ਰੇਟ ਕਰਿਆ ਕਰੋ, ਤਾਂ ਬਹੁਤ ਵਧੀਆ ਲੱਗਦਾ ਜੀ। ਦੱਦਾ ਦਾਤਾ ਏਕ ਹੈ, ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਆ, ਕਿਉਂਕਿ ਲਾਹੌਰੀਆ ਪਰਿਵਾਰ ਦੇ ਵਿੱਚ ਸਾਡਾ ਪੁੱਤਰ ਗੁਰਨੂਰ ਲਾਹੌਰੀਆ ਜੀ ਦਾ ਅੱਜ ਜਨਮਦਿਨ ਆ ਜੀ। ਅਤੇ ਜਨਮਦਿਨ ਦੀ ਖੁਸ਼ੀ ਦੇ ਵਿੱਚ ਸਾਰੇ ਹੀ ਪਰਿਵਾਰ ਨੇ ਗੁਰਦੁਆਰਾ ਸਾਹਿਬ, ਜੋ ਕਿ ਬੱਚੇ ਹਰ ਐਤਵਾਰ ਪੰਜਾਬੀ ਮਾਂਬਲ ਸਿੱਖਣ ਆਉਂਦੇ ਆ, ਤਾਂ ਉਹਨਾਂ ਵਾਸਤੇ ਸਾਰੇ ਹੀ ਬੱਚਿਆਂ ਵਾਸਤੇ ਡਾਇਟ ਦਾ ਅਰੇਂਜਮੈਂਟ ਕੀਤਾ, ਅਤੇ ਸਾਰੇ ਹੀ ਪਰਿਵਾਰ ਨੇ ਬਹੁਤ ਵਧੀਆ ਤਰੀਕੇ ਨਾਲ ਸੇਵਾ ਵੀ ਨਿਭਾਈ, ਅਤੇ ਬਹੁਤ ਵਧੀਆ ਲੱਗਦਾ ਜੀ। ਅਤੇ ਦੇਖੋ ਜੀ, ਸੇਵੇ ਸਿੰਘ ਜੀ ਦਾ ਮੁੰਡਾ ਅਤੇ ਸੇਵਾ ਨਿਭਾ ਰਿਹਾ ਨਾਲ, ਅਤੇ ਗੁਰਨੂਰ ਲਾਹੌਰੀਆ ਜੀ ਜਿਨ੍ਹਾਂ ਦਾ ਜਨਮਦਿਨ ਆ, ਅਤੇ ਜਨਮਦਿਨ ਦੀ ਖੁਸ਼ੀ ਦੇ ਵਿੱਚ ਸਾਰੇ ਹੀ ਪਰਿਵਾਰ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਬੱਚਿਆਂ ਵਾਸਤੇ ਡਾਇਟ ਦਾ ਅਰੇਂਜਮੈਂਟ ਕੀਤਾ, ਤਾਂ ਬਹੁਤ ਵਧੀਆ ਲੱਗਾ। ਅੱਜ ਸਾਰੇ ਪਰਿਵਾਰ ਨੂੰ ਇਕੱਠਿਆਂ ਸੇਵਾ ਕਰਦਿਆਂ ਦੇਖਦਿਆਂ ਤਾਂ ਬੜੀ ਖੁਸ਼ੀ ਹੋਈ ਆ, ਅਤੇ ਸਾਰਾ ਪਰਿਵਾਰ ਨਾਲੇ ਰਲ ਜਲ ਮਿਲ ਕੇ ਬੈਠਿਆ, ਅਤੇ ਨਾਲੇ ਰਲ ਮਿਲ ਕੇ ਸੇਵਾ ਕਰ ਰਿਹਾ, ਅਤੇ ਨਾਲੇ ਆਪਣੀ ਖੁਸ਼ੀ ਦਾ ਸ਼ੁਕਰਾਨਾ ਵਾਹਿਗੁਰੂ ਅੱਗੇ ਕੀਤਾ, ਅਤੇ ਵਾਹਿਗੁਰੂ ਨੇ ਵੀ ਖੁਸ਼ੀਆਂ ਬਖਸ਼ੀਆਂ, ਅਤੇ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਣ ਅਤੇ ਤੰਦਰੁਸਤੀਆਂ ਬਖਸ਼ਣ ਸਾਰੇ ਪਰਿਵਾਰ ਨੂੰ, ਅਤੇ ਜੋ ਕਿ ਸਾਰੇ ਬੱਚਿਆਂ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਸਾਰੀ ਹੀ ਡਾਇਟ ਦਾ ਅਰੇਂਜਮੈਂਟ ਕੀਤਾ, ਅਤੇ ਬਹੁਤ ਵਧੀਆ ਲੱਗਦਾ ਜੀ। ਅਤੇ ਇੱਦਾਂ ਹੀ ਜਿੰਨੇ ਵੀ ਭੈਣ ਭਰਾ ਆ, ਆਪਣੇ ਬੱਚੇ ਆ, ਛੋਟੇ ਛੋਟੇ ਸਾਰੇ ਪੰਜਾਬੀ ਮਾਂਬੋਲੀ ਸਿੱਖਣ ਵਾਸਤੇ ਪਿੰਡ ਖੇੜਾ ਦੋਨਾ ਸਟੇਟ ਗੁਰਦੁਆਰਾ ਸਾਹਿਬ ਪਹੁੰਚਦੇ ਆ, ਅਤੇ ਸਾਰੇ ਬੱਚੇ ਇੱਦਾਂ ਹੀ ਜਦੋਂ ਵੀ ਕਿਸੇ ਦਾ ਪਰਿਵਾਰ ਦੇ ਜਨਮਦਿਨ ਹੁੰਦਾ ਤਾਂ ਸਾਰੇ ਬੱਚਿਆਂ ਨਾਲੇ ਸੈਲੀਬ੍ਰੇਟ ਹੋ ਜਾਂਦਾ, ਅਤੇ ਨਾਲੇ ਇੱਕ ਤੁਹਾਨੂੰ ਬੱਚਿਆਂ ਨੂੰ ਵੀ ਖੁਸ਼ੀ ਹੋ ਜਾਂਦੀ ਆ, ਅਤੇ ਜਨਮਦਿਨ ਦੀ ਖੁਸ਼ੀ ਦੇ ਵਿੱਚ ਸਾਰੇ ਹੀ ਵਧੀਆ ਤਰੀਕੇ ਨਾਲੇ ਹੱਸਦੇ ਖੇਡਦੇ, ਨਾਲੇ ਗਾਉਂਦੇ ਆ, ਅਤੇ ਯਾਨੀ ਮਹਾਰਾਜ ਦੇ ਗੁਣ ਗਾਉਂਦੇ ਆ, ਅਤੇ ਨਾਲੇ ਜਨਮਦਿਨ ਸੈਲੀਬ੍ਰੇਟ ਕਰ ਲੈਂਦੇ ਆ। ਅਤੇ ਇੱਦਾਂ ਜਨਮਦਿਨ ਸੈਲੀਬ੍ਰੇਟ ਕਰਨੇ ਚਾਹੀਦੇ ਜਿੱਦਾਂ ਲਾਹੌਰੀਆ ਪਰਿਵਾਰ ਨੇ ਕੀਤਾ, ਤਾਂ ਬਹੁਤ ਵਧੀਆ ਲੱਗਾ ਜੀ। ਅਤੇ ਸਾਡੇ ਸਾਰਿਆਂ ਵੱਲੋਂ ਲਾਹੌਰੀਆ ਪਰਿਵਾਰ ਨੂੰ ਬਹੁਤ ਬਹੁਤ ਜਨਮਦਿਨ ਦੀਆਂ ਵਧਾਈਆਂ, ਗੁਰਨੂਰ ਲਾਹੌਰੀਆ ਜੀ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਹੀ ਲਾਹੌਰੀਆ ਪਰਿਵਾਰ ਨੂੰ, ਅਤੇ ਸੇਵੇ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਘੁੱਦੇ ਲਾਹੌਰੀਆ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਅਤੇ ਨਵੀਂ ਵਿਆਹੀ ਜੋੜੀ ਨੂੰ, ਸਾਡਾ ਵੀਰ ਘੁੱਦੇ ਦਾ ਵਿਆਹ ਹੋਇਆ ਅਤੇ ਇਹਨੂੰ ਵੀ ਬਹੁਤ ਬਹੁਤ ਮੁਬਾਰਕਾਂ, ਅਤੇ ਸਾਡੀ ਭਾਬੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਸਾਰਿਆਂ ਨੇ ਖੁਸ਼ੀ ਦੇ ਵਿੱਚ ਖਾਧੀ ਅੱਜ ਖੀਰ ਵੀ, ਅਤੇ ਨਾਲੇ ਸਮੋਸੇ, ਨਾਲੇ ਰਸਗੁੱਲੇ, ਅਤੇ ਨਾਲੇ ਠੰਡੇ ਪੀਤੇ ਆ ਜੀ, ਅਤੇ ਬਹੁਤ ਵਧੀਆ ਲੱਗਾ ਜੀ। ਅਤੇ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਹੀ ਪਰਿਵਾਰ ਨੂੰ, ਅਤੇ ਵਾਹਿਗੁਰੂ ਸਭ ਨੂੰ ਹੀ ਤੰਦਰੁਸਤੀਆਂ ਬਖਸ਼ੇ, ਚੜ੍ਹਦੀਆਂ ਕਲਾ ਬਖਸ਼ੇ, ਹਿੰਮਤ ਬਖਸ਼ੇ, ਅਤੇ ਮਹਾਰਾਜ ਤਰੱਕੀਆਂ ਬਖਸ਼ਣ ਸਭ ਨੂੰ ਹੀ, ਜੋ ਕਿ ਇੱਦਾਂ ਹੀ ਸਾਰੇ ਹੀ ਭੈਣ ਭਰਾ ਰਲ ਮਿਲ ਕੇ ਸੇਵਾ ਕਰਦੇ ਰਹਿਣ, ਅਤੇ ਸਾਰੇ ਹੀ ਬੱਚਿਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਰਹਿਣ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।